ਸਰਦਾਰ ਅਜੈਬ ਸਿੰਘ ਜੀ ਚਠਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਨੇ ਮੈਂ ਹੁਣੇ ਸੁਣ ਰਿਹਾ ਸੀ ਕਿ ਲਾਹੌਰ ਤੋਂ ਲੈ ਕੇ ਪੰਜਾਬ ਤੱਕ ਜਿਹੜਾ ਆਪਣਾ ਇੰਡੀਆ ਦਾ ਪੰਜਾਬ ਆ ਇਹਦੇ ਵਿੱਚ ਜੋ ਸਾਰੇ ਹੀ ਵਧੀ ਵਧੀਆ 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 ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਕਾਇਦਾ ਨੂਰ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਛਲਾਗਾਯੋਗ ਉਪਰਾਲਾ ਕਰ ਰਹੇ ਨੇ ਸਰ ਔਰ ਜਦੋਂ ਦੇ ਮੈਂ ਇਹਨਾਂ ਦੇ ਸੰਪਰਕ 'ਚ ਆਇਆ ਤਾਂ ਮੈਨੂੰ ਇਹਨਾਂ ਦੇ ਜਿਹੜੇ ਕੰਮ ਕਰਨ ਦਾ ਢੰਗ ਆ ਬਹੁਤ ਅੱਛਾ ਲੱਗਾ ਔਰ ਜਦੋਂ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਪੰਜਾਬ ਦੀ ਮੈਂ ਉਸੇ ਵੇਲੇ ਹੀ ਮੇਰੇ ਇੱਥੇ ਬਹੁਤ ਹੀ ਅਜ਼ੀਜ਼ ਹੈਗੇ ਨੇ ਗੁਰਦਾਸਪੁਰ ਤੇ ਸੁਰਿੰਦਰ ਮੋਹਨ ਜੀ ਸਟੇਟ ਵਾਰਡੀ ਨੇ ਔਰ ਉਹਨਾਂ ਦੇ ذریعے ਆਪਾਂ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਨੁਮਾਇੰਦਾ ਜਿਹੜਾ ਸਟੇਟ ਵਾਰਡੀ ਏ ਔਰ ਬਹੁਤ ਵਧੀਆ ਪੰਜਾਬੀ ਦਾ ਜੁੜਿਆ ਹੋਇਆ ਹੈ ਉਹ ਆਪਾਂ ਤਿਆਰ ਕੀਤਾ ਹੈ ਸਰ ਉਹਨਾਂ ਨੂੰ ਲਿਸਟ ਵੀ ਭੇਜੀ ਜਾ ਚੁੱਕੀ ਹੈ ਇਹ ਇਹ ਲਿਸਟ ਹੈਗੀ ਏ ਆਪਾਂ ਸਟੇਟ ਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਨੇ ਤਾਂ ਕਿ ਆਪਾਂ ਇਸ ਪੰਜਾਬਗਤ ਪੰਜਾਬੀ ਸਭਾ ਨੂੰ 올ਓਵਰ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਪਰਫੁੱਲਿਤ ਕਰੀਏ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਸੰਸਥਾ ਕੋਈ ਕੰਮ ਕਰ ਰਹੀ ਹੈ ਵਧੀਆ ਪੰਜਾਬੀ ਨੂੰ ਪਰਫੁੱਲਿਤ ਕਰਨ ਲਈ ਸੈਕੰਡਲੀ ਜਿੱਦਾਂ ਸਰ ਉਹਨਾਂ ਦੱਸਿਆ ਕਿ ਸੀਐਮ ਸਾਹਿਬ ਨੂੰ ਮੈਂ ਮੇਲ ਕੀਤੀ ਹੋਈ ਹੈ ਉਹਨਾਂ ਦਾ ਰਿਪਲਾਈ ਵੀ ਆਇਆ ਉਹਨਾਂ ਨੇ ਆਈਐਸ ਤਲਵਾਰ ਮੈਡਮ ਨੂੰ ਭੇਜਤੀ ਉਹਨਾਂ ਨੇ ਉਹ ਹੋ ਸਕਦਾ ਸਾਨੂੰ ਸੀਐਮ ਸਾਹਿਬ ਦਾ ਵੀ ਟਾਈਮ ਮਿਲ ਜੇ ਉਦੋਂ ਮੈਨੂੰ ਸਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਦਾ ਵੀ ਮੈਸੇਜ ਆ ਗਿਆ ਉਹ ਕਹਿੰਦੇ ਮੈਨੂੰ 18 ਤੋਂ 19 ਜਨਵਰੀ ਤੋਂ ਬਾਅਦ ਕਾਲ ਕਰਿਓ ਕਿਉਂਕਿ ਮੈਂ ਇਸ ਵੇਲੇ ਥੋੜਾ ਜਿਹਾ ਬਿਜੀ ਹਾਂ ਉਹ ਸ਼ਾਇਦ ਕੱਲ ਦੀ ਕੱਲ ਦੀ ਗੱਲ ਹੈ ਕੱਲ ਮੈਸੇਜ ਆਇਆ ਸੀ ਮੈਂ ਤੁਹਾਨੂੰ ਦੱਸਣਾ ਸੀ ਔਰ ਉਹਨਾਂ ਦੇ 18 19 ਜਨਵਰੀ ਤੋਂ ਬਾਅਦ ਆਪਾਂ ਉਹਨਾਂ ਨਾਲ ਵੀ ਮੀਟਿੰਗ ਫਿਕਸ ਕਰ ਸਕਦੇ ਹਾਂ ਕਿਸੇ ਵੇਲੇ ਵੀ ਟਾਈਮ ਮਿਲ ਸਕਦਾ ਸਾਨੂੰ ਬਾਕੀ ਮੈਂ ਚਾਹੁੰਦਾ ਸੀ ਕਿ ਹੁਣ ਮੈਸੇਜ ਵੀ ਗਰੁੱਪ ਦੇ ਵਿੱਚ ਵੀ ਪਾ ਰਹੇ ਨੇ ਕੁਝ ਲੋਕ ਪੁੱਛ ਰਹੇ ਨੇ ਜੀ ਸਾਨੂੰ ਕਾਇਦਾ ਨੂਰ ਕਿੱਦਾਂ ਮਿਲ ਸਕਦਾ ਹੈ ਮੈਂ ਚਾਹੁੰਦਾ ਸੀ ਕਿ ਇੱਕ ਆਪਾਂ ਫਿਜ਼ੀਕਲ ਮੀਟਿੰਗ ਰੱਖ ਕੇ ਤੇ ਥੋੜਾ ਜਿਹਾ ਲਿਟਰੇਚਰ ਆਪਾਂ ਬਾਕੀ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਲੋਕ ਸਾਡੇ ਕੋਲ ਨੁਮਾਇੰਦੇ ਜੁੜ ਉਹਨਾਂ ਨੂੰ ਆਪਾਂ ਲਿਟਰੇਚਰ ਦਈਏ ਤਾਂ ਕਿ ਇਹ ਲਿਟਰੇਚਰ ਜਿਹੜਾ ਉਹ ਬਾਕੀ ਜਿਹੜੇ ਚੰਗੇ-ਚੰਗੇ ਲੋਕ ਨੇ ਉਹਨਾਂ ਤੱਕ ਪਹੁੰਚਦਾ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਪੂਰਾ ਸਰਕੂਲੇਟ ਹੋ ਜਾਏ ਪੂਰੇ ਸਟੇਟ ਦੇ ਵਿੱਚ ਵੀ ਧੰਨਵਾਦ ਜੀ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਔਰ ਨਵੇਂ ਸਾਲ ਦੀਆਂ ਮੁਬਾਰਕਾਂ ਜਿਹੜੇ ਸਾਡੇ ਬਾਹਰ ਵਿਦੇਸ਼ਾਂ 'ਚ ਬੈਠੇ ਲੋਕ ਨੇ ਜਾਂ ਵਿਦੇਸ਼ਾਂ 'ਚ ਬੈਠੇ ਸਾਡੇ ਸਤਿਕਾਰਯੋਗ ਸਨਮਾਨੀ ਭਾਈਚਾਰਕ ਨੇ ਸਾਜ ਰੱਖਣ ਵਾਲੇ ਪੰਜਾਬੀ ਭਾਸ਼ਾ ਨਾਲ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਥੈਂਕ ਯੂ